अस्सलाम वालेकुम देवी और सज्जनों, की हाल चाल है तुहाडा? उम्मीद करना तुसी खैर खरीयत नाल होवोगे। मेरा नाम है अज मैनू भी याद नहीं करो पता सर, याद आज था जनाब मेरे नाल ने डॉक्टर शहजाद साहब और मैं इरफान नूरी। असल में तुहानू दसदे जाइए जनाब कि डॉक्टर शहजाद साहब नू अपना नाम भुल जाता और जदों कोई ये ट्रेलर देखते हैं उस भी काफ़ी सारिया चीज़ा इन्हों याद करानियां पैदियां ने, ठीक है। बिल्कुल लेकिन एक चीज़ है जी, इन्हों का अपना काम है वो नहीं इन्हों भुलता, सिर्फ नाँ तक ही है, ठीक है। अज जनाबे वाली असी एक ट्रेलर देखने हैं जनाबे वाली, जेडे साडे सिख वीर ने जनाबे वाली उन्होंने सब तो पहला तो ट्रक भर के सत श्री अकाल जनाब। बिल्कुल और साढ़े इस वालों तो कंटेनर भर के जनाब सत श्री अकाल वाह जी, ध्यान। डॉक्टर शहजाद साहब वालों कंटेनर भर के ते साढ़े वालों ट्रक ही भरा जनाब। ते फुफड़ जी फिल्म बनाई है जनाबे वाली, पंजाबी फिल्म है फुफड़ जी, ते इहदा ट्रेलर जनाबे वाली काफ़ी सारे दोस्तों ने कमेंट किया कि डॉक्टर शहजाद साहब नूं कि इहदा ट्रेलर देखो और सानू जनाब दसो। ते अज असी अपने नाजरीन अपने दोस्तों नूं दसना चाहते हैं कि देखो और देखते हैं। ते अगर साढ़े चैनल ते तुसी जनाबे वाले नए हो तो साढ़े चैनल नूं सबसक्राइब करो और दोस्तों के नाल ज़्यादा तो ज़्यादा शेयर कराया करो। अगर तुसी किसी और वीडियो ते रिएक्शन देखना चाहते हो तो तुसी कमेंट सेक्शन च लाजमी दस्यो। और यह भी चीज़ दस्या करो कि जनाबे वाली कि मेरिया गलों के बाद हादसा आता जा डॉक्टर साहब दलों का हादसा आता, यह सानू कमेंट के लाजमी दसना। तुम हूँ असी चलते हैं जनाब वीडियो वाल देखते हैं। साडे घर च तां भाई जवाकां दे फुफड़ दे हुक्म तों बिना इक पत्ता भी नहीं हैगा जी। साडा प्रौणा अर्जन सिंह, जे भाई इस रिश्ते नूं हां करूं तां हां है, जे ना करती तां फिर ना। ਸੁੱਖ ਨਾਲ ਬੇਬੇ ਆ, ਬਾਪੂ ਆ ਤੇ ਕੱਲਾ ਮੁੰਡਾ ਕਿ ਸਾਡਾ ਮੁੰਡਾ ਕੋਈ ਨਸ਼ਾ ਪਤਾ ਨਹੀਂ ਕਰਦਾ। ਹਾਂ ਇਹ ਜੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕਲੇ ਨਾ ਮਾਰੇ। ਫੁੱਫੜ ਦੀ ਵੈਲੀ ਵਾਹ ਜਨਾਬ, ਕੁਰਸੀ ਚੰਗੀ ਡਾ ਕੇ ਦਿੱਤੀ ਹੈ ਫੁੱਫੜ ਨੂੰ। ਫੁੱਫੜ ਜੀ ਦੀ ਜਿੰਦ ਜੀ, ਮੇਰਾ ਵਿਆਹ ਨਹੀਂ ਹੋਣਾ। ਦੇਖੀ ਪਾਲੀ, ਐ ਨਾ ਕਰੀ। ਕਿਉਂ? ਜੇ ਤੇਰਾ ਫਾਹਾ ਵੱਡਿਆ ਜਾਊਗਾ ਤਾਂ ਹੀ ਤਾਂ ਮੇਰੀ ਵਾਰੀ ਆਊਗੀ। ਆ ਪੱਖੇ ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ, ਇਹ ਕਿਤੇ ਹੋਰ ਹੀ ਘੁੰਮੀ ਜਾਂਦਾ। ਪੱਖੇ ਨੂੰ ਕੀ ਪਤਾ ਤੁਸੀਂ ਸਾਡੇ ਫੁੱਫੜ ਹੋ। ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ? ਜਿਹੜਾ ਹਿਸਾਬ ਕਿਤਾਬ ਹੈ ਮੈਂ ਤਾਂ ਫੁੱਫੜੀ ਦਾ। ਜੇ ਕਿਤੇ ਮੈਂ ਆਪਣੀ ਆਈ ਤੇ ਆ ਗਿਆ ਨਾ, ਆ ਤੁਹਾਡੇ ਵਾਲਾ ਮੁਰਗਾ ਆਥਣੇ ਮੇਰੇ ਪਤੀਲੇ 'ਚ, ਇਹ ਤੁਸੀਂ ਦੋਏ ਜਾਣੇ ਹਸਪਤਾਲ 'ਚ ਹੋਵੋਗੇ। ਔਰ ਰਹਿਣ ਦੇ, ਕਿਤੇ ਤੂੰ ਪਤੀਲੇ ਤੇ ਤੇਰਾ ਮੁਰਗਾ ਹਸਪਤਾਲ ਨਾ ਪਿਆ ਹੋਵੇ। ਮੁਰਗੇ ਬਾਂਗਾ ਮਾਰਦੇ ਚੰਗੇ ਲੱਗਦੇ ਆ, ਲਲਕਾਰੇ ਮਾਰਦੇ ਨਹੀਂ। ਜਨਾਬ ਸਾਨੂੰ ਇਹ ਟ੍ਰੇਲਰ ਵੇਖ ਕੇ ਇਹ ਲੱਗ ਰਿਹਾ ਕਿ ਜਿਹੜੇ ਸਾਡੇ ਸਿੱਖ ਵੀਰ ਨੇ ਉੱਧਰ ਉਸ ਇਲਾਕੇ ਦੇ ਵਿੱਚ ਜਿਹੜੇ ਫੁੱਫੜ ਨੇ ਉਹਨਾਂ ਦੀ ਵਾਹਵਾ ਹੀ ਕਦਰ ਲੱਗ ਰਹੀ ਆ ਫੁੱਫੜ ਦੇ, ਇੱਕ ਧਾਨ ਕੇ ਤੁਰਦੇ ਹੋਣਗੇ। ਜਿਹੜਾ ਕੰਮ ਕਰਨਾ ਉਹ ਫੁੱਫੜ ਨੇ ਕਰਨਾ ਜਨਾਬ, ਅਗਰ ਮੁਰਗਾ ਚੰਗਾ ਨਹੀਂ ਮਿਲਿਆ ਤਾਂ ਫੁੱਫੜ ਨਾਰਾਜ਼, ਅਗਰ ਬਰਾਤ 'ਤੇ ਉਹਨੂੰ ਗੱਡੀ ਚੰਗੀ ਕਰਾ ਕੇ ਨਹੀਂ ਦਿੱਤੀ ਤਾਂ ਫੁੱਫੜ ਨਾਰਾਜ਼। ਅਤੇ ਸਾਡੇ ਵੱਲ ਇਸ ਤਰ੍ਹਾਂ ਦਾ ਕੰਮ ਨਹੀਂ ਚੱਲਦਾ, ਹੁਣ ਫੁੱਫੜ ਫੁੱਫੜ ਨੂੰ ਨਹੀਂ ਕੋਈ ਮੰਨਦੇ, ਮੈਂ ਤੁਹਾਨੂੰ ਦੱਸਾਂ। ਅਤੇ ਇਹ ਜਨਾਬ ਦੱਸਣਾ ਕਿ ਹਾਲੇ ਵੀ ਇਹੋ ਹੀ ਸਿਸਟਮ ਹੈ ਤੁਹਾਡੇ ਵੱਲ? ਰਾਣਾ ਸਾਹਿਬ, ਸਾਡੇ ਭਲਾ ਪਹਿਲੇ ਕੀ ਮਿਸਾਲ ਹੁੰਦੀ ਸੀ ਕਿ ਇੱਕ ਪਿੰਡ ਦਾ ਜਵਾਈ ਹੁੰਦਾ ਸੀ ਨਾ, ਮਤਲਬ ਇੱਕ ਘਰ ਦਾ ਜਵਾਈ ਹੁੰਦਾ ਸੀ ਤਾਂ ਪੂਰੇ ਪਿੰਡ ਦਾ ਜਵਾਈ ਖੋਇਆ ਜਾਂਦਾ ਸੀ ਇਸ ਤਰ੍ਹਾਂ, ਯਾਰ ਫਲਾਣੇ ਪਿੰਡ ਦਾ ਜਵਾਈ ਹੈ। ਇਸ ਤਰ੍ਹਾਂ ਹੁਣ ਜਿਹੜਾ ਹਿਸਾਬ ਕਿਤਾਬ ਹੈ, ਹੁਣ ਆਪਣੇ ਘਰ ਦੇ ਨਹੀਂ ਮੰਨਦੇ, ਘਰ ਦੇ ਵੀ ਸਾਰੇ ਨਹੀਂ ਮੰਨਦੇ ਵੀ ਜਵਾਈ ਹੈ ਕਿ ਨਹੀਂ ਹੈ, ਦੇਖਦੇ ਹਾਂ ਜਨਾਬ। ਇਹ ਮੇਰੇ ਯਾਰ ਗੁਰਮੁਖ ਸਿੰਘ ਦੇ ਭਤੀਏ ਦਾ ਰਿਸ਼ਤਾ ਲੈ ਕੇ ਆਇਆ। ਜੇ ਬਾਪੂ ਜੀ ਨੇ ਮੋਹਰ ਲਾਤੀ ਤਾਂ ਠੀਕ ਹੀ ਹੋਣਾ। ਨੱਚਣੋ ਨਾ ਰੁਕੀ ਤੂੰ ਯਕੀਨ ਜੱਟੀਏ, ਬੋਲੀਆਂ ਦਾ ਪਾਉ ਜੱਟ ਮੀਰੇ ਗਲਾ। ਇਸ ਮੌਕੇ ਤੇ ਫੋਟੋ ਦਾ ਜ਼ਰੂਰ ਬਣਦੀ ਹੈ ਨਾ, ਥੋੜਾ ਜਿਹਾ ਹੱਸ ਕੇ ਫੁੱਫੜ ਜੀ, ਹੱਸ ਕੇ ਫੁੱਫੜ ਜੀ, ਥੋੜਾ ਜਿਹਾ ਹੋਰ। ਤੂੰ ਐ ਕਰ, ਤਿੰਨ ਚਾਰ ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚ। ਹੱਸ ਗਈ ਗਰਾਰੀ ਹੁੰਦੀ ਮਾੜੀ ਜੱਟਾਂ ਦੀ। ਇੱਕ ਵਾਰੀ ਸਾਡੇ ਪਿੰਡ 'ਚ ਕਾਲੇ ਕੱਛਾਂ ਵਾਲੇ ਆ ਗਏ, ਪੂਰੇ 30 ਬੰਦੇ, 30 ਦੇ 30 ਕੱਛੇ ਲਾ ਕੇ ਫੈਂਟੇ ਅਰਜਨ ਸਿਉ ਨੇ। ਉਹ ਆ ਜਵਾਂ ਝੂਠਾ, ਮੈਂ ਫਿਰ ਪਿੰਡ ਨੂੰ ਚੱਲਦਾ ਹੈ। ਨਹੀਂ 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 ਨਹੀਂ, ਪ੍ਰਾਹੁਣਾ ਹੈ, ਨਾਰਾਜ਼ ਸਾਨ ਬੰਦਾ ਹੈ, ਕੁੱਟ ਸਕਦਾ ਹੈ। ਜੇ ਫੁੱਫੜ ਨੇ ਰੋਟੀ ਨਾ ਖਾਧੀ ਤਾਂ ਸਾਰੇ ਭੁੱਖੇ ਸੌਂਗੇ। ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਕਰਦੇ। ਬੇਬੇ ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ। ਇੰਨੇ ਮਰਦਾਂ ਦੀ ਗੱਲ ਕੀਤੀ ਹੈ ਜਨਾਬ। ਪਿੱਪਲੀ ਦੇ ਪੱਤਿਆ ਕਿਉਂ ਛੜ ਛੜ ਲਾਈ ਆ, ਚੜ ਜਾ ਚੜ ਜਾ, ਰੁੱਤ ਨਵਿਆਂ ਦੀ ਆਈ ਆ। ਹਾਲਾਂਕਿ ਡਾਕਟਰ ਸ਼ਹਿਜ਼ਾਦ ਸਾਹਿਬ, ਮੈਂ ਤੁਹਾਨੂੰ ਦੱਸਾਂ ਕਿ ਮੈਂ ਜਿਹੜਾ ਬੀਨੂ ਢਿੱਲੂ ਆ ਨਾ, ਮੈਂ ਉਹਨੂੰ ਬਹੁਤ ਲਾਈਕ ਕਰਨਾ ਜਨਾਬ। ਮੇਰਾ ਸਮਝ ਲਓ ਕਿ ਫੇਵਰੇਟ ਹੀਰੋ ਹੈ, ਕਿ ਪੰਜਾਬੀ ਮੂਵੀਆਂ ਜਦੋਂ ਦੀਆਂ ਬਣ ਰਹੀਆਂ ਨਾ, ਅਤੇ ਉਹਨੂੰ ਮੈਂ ਜਨਾਬ ਬਹੁਤ ਹੀ ਲਾਈਕ ਕਰਨਾ। ਉਹਦੀ ਐਕਟਿੰਗ ਕਮਾਲ ਨਹੀਂ, ਬਾ ਕਮਾਲ ਹੈ ਜਿਹੜੀ ਹੈ ਐਕਟਿੰਗ ਇਹਨਾਂ ਨੇ ਕੈਰੀਅਰ ਜੱਟਾਂ 'ਚ ਕੀਤੀ ਹੈ ਨਾ, ਪਹਿਲੀ 'ਚ ਜੀ ਜੀ ਉਹ ਐਂਡ ਹੀ ਕਰ ਗਏ ਨੇ ਗੋਲਡੀ।
नहीं कोई भी फिल्म यदि वेख लो जनाबे वाली ओदा एक जनाबे वाली ओ कब्बा सवा चकी जांदा ठीक है ओदे डायलॉग और एदियां मूवियां और मैनूं ए वी पता लगा शहजाद साहब कि ये जिहड़ा बिनू ढिल्लू है ना ये जनाबे वाली पहला ये जिहड़े हीरो है इन्हां दे सिलेंडर भरांदा रहा इन्हां दे घर दे काम करदा रहा लेकिन अल्लाह पाक ने जो तरक्की दी है तो इस टाइम जनाब वो कई मुलाजम ने ठीक है तो जनाब बिनू ढिल्लू साहब न जनाब असं सत श्री अकाल कहने ट्रक भर के मैं सुनया कि फिल्मा भी अपनी आप ही डायरेक्ट करते हैं हाँ ये पहला जनाबे वाली पता ही लगा कि जड़े होंगे ने ना भंगड़े उन्होंने नाल जाके जनाबे वाली भंगड़े पाते रहे उस तो बाद एक टीवी चैनल तो वो आके इन्होंने को दो तीन शो किए ने तो उतों अल्लाह पाक ने जड़ा ना मेहर की थी ते इना दी बांह फड़ ली ते अजक जनाबे वाली फुफड़ जी बने ने बड़े भारा नाल घर की मुख्तियारी सामने वास्ते अपने ते कुर्सी दे पैर बहुत मजबूत होने चाहिए दोस्तों तुसी सारिया ने देखा जनाब प्यारी ट्रेलर फुफड़ जी तो सानू तो बड़ा मज़ा आया जनाब देख के और पहला भी तुहानू दस्या कि बिनू ढिल्लों की जिहड़ी है ना वो एक्टिंग कमाल है तो फुफड़ भी कमाल का ही बनता जनाब वाली तुसी देखा कि जिहड़ी वो कुर्सी ते बह रहा वो कुर्सी कमाल और जिहड़ी एक्टिंग की थी है ना उन्हें जिहड़ी एंड ते गल की थी है ना उन्होंने कुर्सी दे पैर मजबूत होने पैर मजबूत होने चाहिए ने फुफड़ दे पैर मजबूत होन ते सारे काम चलते रहते ने ते जे फुफड़ ढिला ना तो फिर समझ लो कि पैली भी गई जनाब पैली भी गई ठीक है ते सारे दोस्त जनाबे वाली इस मूवी नू ज़्यादा तो ज़्यादा देखन ते जिथे डॉक्टर साहब तुसी की कहना चाह रहे हो ਨਹੀਂ ਮੈਂ ਇਹੀ ਕਹਿਣਾ ਚਾਹ ਰਿਹਾ ਮੈਂ ਜਿਹੜੇ ਵੀ ਕਿਰਦਾਰ 'ਚ ਹੈ ਮੈਨੂੰ ਢਿੱਲੋਂ ਸਾਹਿਬ ਆਏ ਨੇ ਨਾ ਹਾਂਜੀ ਹਰ ਕਿਰਦਾਰ ਦੇ ਵਿੱਚ ਨਾ ਅਖੀਰ ਕੀਤੀ ਹੈ ਕਮਾਲ ਕੀਤਾ ਜਨਾਬ ਮਤਲਬ ਕਿਰਦਾਰ 'ਚ ਇੰਝ ਖੁੱਭ ਜਾਂਦੇ ਨੇ ਕਿ ਸਮਝ ਲਓ ਕਿ ਰੀਅਲ ਲਾਈਫ 'ਚ ਆਪਣਾ ਕਿਰਦਾਰ ਜਿਹੜਾ ਨਾ ਨਿਭਾਉਣ ਦੇ ਬਿਲਕੁਲ ਇਸ ਤਰ੍ਹਾਂ ਜੀ ਬਿਲਕੁਲ ਇਸ ਤਰ੍ਹਾਂ ਅਤੇ ਨਾਜ਼ਰੀਨ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਇਹ ਸਾਰੇ ਦੋਸਤ ਦੇਖ ਸਕਣ ਔਰ ਇਸ ਮੂਵੀ ਨੂੰ ਵੀ ਲਾਜ਼ਮੀ ਦੇਖਣਾ ਜਨਾਬ ਤੁਸੀਂ ਅਗਰ ਤੁਸੀਂ ਕਿਸੇ ਹੋਰ ਵੀਡੀਓ 'ਤੇ ਰਿਐਕਸ਼ਨ ਵੇਖਣਾ ਚਾਹੁੰਦੇ ਹੋ ਸਾਡਾ ਤਾਂ ਕਮੈਂਟ ਸੈਕਸ਼ਨ 'ਚ ਲਾਜ਼ਮੀ ਦੱਸਿਓ ਅਤੇ ਸਾਡੀ ਵੀਡੀਓ ਕਿਹੋ ਜਿਹੀ ਹੈ ਚੰਗੀ ਹੈ ਨਹੀਂ ਚੰਗੀ ਫਿਰ ਵੀ ਤੁਸੀਂ ਲਾਜ਼ਮੀ ਦੱਸਣਾ ਜਿੱਥੇ ਸਾਡੀ ਮਿਸਟੇਕ ਹੁੰਦੀ ਹੈ ਉਹ ਵੀ ਤੁਸੀਂ ਲਾਜ਼ਮੀ ਦੱਸਣਾ ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅੱਲਾ ਹਾਫਿਜ਼ ਸਤਿ ਸ਼੍ਰੀ ਅਕਾਲ